औरंगजेब ना टकराए, असी इंदिरा गांधी ना टकराए, फिर नरेंद्र मोदी तू किसे बाग दी मूली नहीं, तेरे नाल भी दो हाथ करन कौम तैयार बैठी है। एक आरएसएस इस देश नहीं, जिस आरएसएस ने 1% भी कुछ नहीं करिया, केड़ा आरएसएस दा बंदा फांसी चढ़िया, किने इस देश की आजादी लई कुछ कीता, एक भी बंदा इन्हां दा फांसी नहीं चढ़िया। 121 फांसियां चों 93 असी गुरु गोबिंद सिंह महाराज दे पुत चढ़े हैं। जे थोनू आजाद कराउण वास्ते फांसियां चढ़ सकदे हैं, पुत मेरे ओ अपनी होंद बचाउण वास्ते भी चढ़ांगे, फिकर ना करियो। तुसी अहमद शाह अब्दाली ने थोड़ियां पतीड़ां पवा के रखियां ने, सोमनाथ मंदिर दे 9-32,000 पिंड सी, 32,000 ते अब्दाली कोल फौज किन्नी सी, 32,000। एक पिंड चो एक भी नहीं सी निकलिया, जे अब्दाली दे घोड़िया दियां लगामां फड़ियां सी, असी फड़ियां सी, पुत मेरिया तेरिया भी फड़ांगे, फिकर ना तू करी इस गल दा। जिहड़ा हैगा इक खचरा जिहड़ा दा गृह मंत्री, ਉਹ ਕਹਿੰਦਾ ਤੁਹਾਡਾ ਸਟੇਟਸ ਹੈ ਨਹੀਂ ਮੇਰੇ ਨਾਲ ਗੱਲ ਕਰਨ ਦਾ, ਤੂੰ ਜਿੱਦਣ ਰਾਜਨੀਤੀ ਚ ਆਇਆ ਉਦਣ ਆਪਣੀ ਜਾਇਦਾਦ ਕੱਢ ਕੇ ਦਿਖਾ, ਤੈਨੂੰ ਅਸੀਂ ਦੱਸੀਏ ਸਟੇਟਸ ਤੇਰਾ ਕੀ ਹੈ। ਤਾਲਿਬਾਨ ਨੇ ਅਮਰੀਕਾ ਦੀ ਘੰਟੀ ਖੜਕਾ ਦਿੱਤੀ ਅਫਗਾਨਿਸਤਾਨ ਚ, ਔਰ ਅਸੀਂ ਉਸ ਅਫਗਾਨਿਸਤਾਨ ਨੂੰ ਜਿੱਤਿਆ ਹੋਇਆ। ਇਸ ਧਰਤੀ ਵੱਲ ਤੇਰੇ ਅੰਬਾਨੀ ਅਡਾਨੀ, ਤੂੰ ਤੇਰਾ ਮੋਹਨ ਭਾਗਵਤ ਸਾਰੇ ਹੀ ਰਲ ਕੇ ਆ ਜਿਓ, ਤੁਹਾਨੂੰ ਜੀ ਆਇਆਂ, ਜੇ ਤੁਹਾਡੇ ਬਾਜੇ ਨਾ ਬਜਾਤੇ ਪੰਜਾਬ ਦੀ ਧਰਤੀ ਤੇ, ਨਾ ਪੰਜਾਬ ਦੇ ਜਾਇਆਂ ਨੇ, ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਨਹੀਂ ਕਹਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਬਿਰਾਜਮਾਨ ਸਾਧ ਸੰਗਤ ਜੀ, ਅੱਜ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ, ਧੰਨ ਧੰਨ ਬਾਬਾ ਭਗਤੂ ਸਾਹਿਬ ਜੀ ਦੇ ਅਸਥਾਨ 'ਤੇ ਆਪਾਂ ਸਾਰੇ ਇਕੱਤਰ ਹੋਏ ਹਾਂ, ਉਹਨਾਂ ਦਾ ਸਾਲਾਨਾ ਜੋੜ ਮੇਲਾ ਮਨਾ ਰਹੇ ਹਾਂ। ਉਹਨਾਂ ਦੀ ਹੀ ਕਿਰਪਾ ਸਦਕਾ ਪੰਥਕ ਢਾਡੀ, ਬੜੀ ਸਤਿਕਾਰਯੋਗ ਪੰਥ ਦੀ ਸ਼ਖਸੀਅਤ ਸਰਦਾਰ ਤਰਸੇਮ ਸਿੰਘ ਜੀ, ਸਾਡੇ ਜਥੇਦਾਰ ਸਾਹਿਬ ਮੋਹਰਾਂਵਾਲੀ ਸਾਹਿਬ, ਜਿਨ੍ਹਾਂ ਨੇ ਬਹੁਤ ਵੱਡੀ ਘਾਲਣਾ ਘਾਲੀ ਹੈ, ਔਰ ਪੰਥ ਦੀ ਗੱਲ ਨੂੰ ਬੜੇ ਜਜ਼ਬਾਤੀ ਹੋ ਕੇ ਔਰ ਬੜੇ ਦ੍ਰਿੜਤਾ ਦੇ ਨਾਲ ਕੌਮ ਦੇ ਸਾਹਮਣੇ ਰੱਖਿਆ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਇਸ ਸਾਲਾਨੇ ਜੋੜ ਮੇਲਾ ਜਿਹੜਾ ਇਹ ਮਨਾਉਂਦੇ ਨੇ ਹਰ ਸਾਲ। ਸੋ ਸਾਨੂੰ ਵੀ ਸੱਦਾ ਦਿੱਤਾ ਸੀ, ਦੀਪ ਵੀ ਆ ਗਿਆ ਪਿੱਛੇ ਹੀ ਹੈ, ਵੀਰ ਦੀਪ ਸਿੱਧੂ, ਸੋ 2-4 ਮਿੰਟ 'ਚ ਤੁਹਾਡੇ 'ਚ ਆਉਣ ਵਾਲਾ ਹੀ ਹੈ। ਬਾਕੀ ਰਹੀ ਗੱਲ ਕੌਮ ਦੀ ਲੜਾਈ ਹੈ, ਪੰਥ ਦੀ ਲੜਾਈ ਹੈ, ਕਿਸਾਨਾਂ ਦੀ ਲੜਾਈ ਹੈ, ਪੰਜਾਬ ਦੀ ਹੋਂਦ ਦੀ ਲੜਾਈ ਹੈ। ਜੇ ਆਪਾਂ ਹੁਣ ਨਾ ਲੜੀ ਤਾਂ ਆਪਾਂ ਸਦਾ ਲਈ ਇਸ ਗੱਲ ਨੂੰ ਆਪਾਂ ਹਾਰ ਮੰਨ ਜਾਂਗੇ। ਆਪਣੇ ਪੁਰਖਿਆਂ ਨੇ ਹਾਰ ਨਹੀਂ ਮੰਨੀ, ਸਾਡੇ ਗੁਰੂਆਂ ਨੇ ਹਾਰ ਨਹੀਂ ਮੰਨੀ। ਅਸੀਂ ਬਾਬਰ ਨਾਲ ਟਕਰਾਏ, ਅਸੀਂ ਤੱਤੀ ਤਵੀ ਤੇ ਬੈਠੇ, ਅਸੀਂ ਔਰੰਗਜ਼ੇਬ ਨਾਲ ਟਕਰਾਏ, ਅਸੀਂ ਇੰਦਰਾ ਗਾਂਧੀ ਨਾਲ ਟਕਰਾਏ, ਫਿਰ ਨਰਿੰਦਰ ਮੋਦੀ ਤੂੰ ਕਿਸੇ ਬਾਗ ਦੀ ਮੂਲੀ ਨਹੀਂ, ਤੇਰੇ ਨਾਲ ਵੀ ਦੋ ਹੱਥ ਕਰਨ ਨੂੰ ਕੌਮ ਤਿਆਰ ਬੈਠੀ ਹੈ। ਇੱਕ ਆਰਐਸਐਸ ਇਸ ਦੇਸ਼ ਨਹੀਂ, ਜਿਸ ਆਰਐਸਐਸ ਨੇ 1% ਵੀ ਕੁਛ ਨਹੀਂ ਕਰਿਆ, ਕਿਹੜਾ ਆਰਐਸਐਸ ਦਾ ਬੰਦਾ ਫਾਂਸੀ ਚੜ੍ਹਿਆ, ਕਿਹਨੇ ਇਸ ਦੇਸ਼ ਦੀ ਆਜ਼ਾਦੀ ਲਈ ਕੁਛ ਕੀਤਾ, ਇੱਕ ਵੀ ਬੰਦਾ ਇਹਨਾਂ ਦਾ ਫਾਂਸੀ ਨਹੀਂ ਚੜ੍ਹਿਆ। 121 ਫਾਂਸੀਆਂ ਚੋਂ 93 ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਚੜ੍ਹੇ ਹਾਂ। ਜੇ ਤੁਹਾਨੂੰ ਆਜ਼ਾਦ ਕਰਾਉਣ ਵਾਸਤੇ ਫਾਂਸੀਆਂ ਚੜ੍ਹ ਸਕਦੇ ਹਾਂ, ਪੁੱਤ ਮੇਰੇ ਉਹ ਆਪਣੀ ਹੋਂਦ ਬਚਾਉਣ ਵਾਸਤੇ ਵੀ ਚੜ੍ਹਾਂਗੇ, ਫਿਕਰ ਨਾ ਕਰਿਓ। ਤੁਸੀਂ ਤੁਹਾਨੂੰ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਕਿ ਇਹ ਲੜਾਈ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹਨਾਂ ਪੁੱਤਰਾਂ ਦਾ ਖੂਨ ਲਾਲ ਹੈ, ਉਹਨਾਂ ਚਿਰ ਇਹ ਜੰਗ ਜਾਰੀ ਰਹੂਗੀ। ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਭਗਤ ਸਾਹਿਬਾਨ, ਸਾਡੇ ਪੀਰ, ਸਾਡੇ ਮਹਾਂਪੁਰਖ ਸਾਡੇ ਨਾਲ ਨੇ। ਸਾਨੂੰ ਪੂਰਨ ਭਰੋਸਾ, ਨਰਿੰਦਰ ਮੋਦੀ, ਮੋਹਨ ਭਾਗਵਤ, ਤੁਸੀਂ ਕਿਹੜੇ ਬਾਗ ਦੀਆਂ ਮੂਲੀਓ, ਅਸੀਂ ਤਾਂ ਅਬਦਾਲੀ ਤੋਂ ਨਹੀਂ ਡਰੇ। ਅਹਿਮਦ ਸ਼ਾਹ ਅਬਦਾਲੀ ਨੇ ਤੁਹਾਡੀਆਂ ਪਤੀੜਾਂ ਪਵਾ ਕੇ ਰੱਖੀਆਂ ਨੇ, ਸੋਮਨਾਥ ਮੰਦਿਰ ਦੇ 9-32,000 ਪਿੰਡ ਸੀ, 32,000 ਤੇ ਅਬਦਾਲੀ ਕੋਲ ਫੌਜ ਕਿੰਨੀ ਸੀ, 32,000। ਇੱਕ ਪਿੰਡ ਚੋਂ ਇੱਕ ਵੀ ਨਹੀਂ ਸੀ ਨਿਕਲਿਆ, ਜੇ ਅਬਦਾਲੀ ਦੇ ਘੋੜਿਆਂ ਦੀਆਂ ਲਗਾਮਾਂ ਫੜੀਆਂ ਸੀ, ਅਸੀਂ ਫੜੀਆਂ ਸੀ, ਪੁੱਤ ਮੇਰਿਆ ਤੇਰੀਆਂ ਵੀ ਫੜਾਂਗੇ, ਫਿਕਰ ਨਾ ਤੂੰ ਕਰੀ ਇਸ ਗੱਲ ਦਾ।
हर गल च यार सानू डराउंदे ने, हर गल च सानू धौंस दिखाउंदे ने, हर गल च सानू दबाउणा चाहुंदे ने। असी ते तो दबदे नहीं, 176 देशां च बैठे हां असी, तुसी आ दिल्ली तो कहां नहीं किते हैगे। साडे 8-8 कैबिनेट मंत्री बन गए सिखां दे मुंडे, और तुसी सानू कहने हो भी थोड़ी साडे नाल गल करन दी हसीयत नहीं, थोड़े नाल वाकई है नहीं। यह गल असी इस स्टेज तो कहने हैं, असी गुरु गोबिंद सिंह महाराज दे पुत्त हां, सारी दुनिया ते साडा निशान सब झूलदा। जिस अमेरिका देश ने तैनू बढ़न नहीं सी दिता, उस देश दे झंडे दे बराबर साडा निशान सब झूलदा नहीं, जाके देख ली। कनेडा दे विच, इंग्लैंड दे विच, सारी दुनिया ते सिख राज कर रहे ने, और सारी दुनिया सानू सत्कार दिंदी है। साडे बच्चे इत्थों पढ़ लिख के जाके, ओ जिहड़ा हैगा इक खचरा जिहड़ा दा गृह मंत्री, ओ कहिंदा थोड़ा स्टेट से नहीं मेरे नाल गल करन दा, तू जिद्दण राजनीति च आया उद्दण अपनी जायदाद कढ के दिखा, तैनू असीं दसीए स्टेट्स तेरा की है। साडे कोल तां जद्दी पुछदी है, 10-10 लख दे ट्रैक्टर ने, 5-5 लख दियां ट्रालियां ने, 10-10 मिलियन दे साडे बच्चियां दे घर ने अमरीका कनेडा च, 1.5-1.5 लख दे साडे बच्चे फोन लई फिरदे ने, 40-40 लख दियां गड्डियां असीं उरे खिच्ची फिरदे आ, तू साडा स्टेटस पुछदा, तेरा स्टेटस साडे इह नाल वाकई है नहीं। यह गल तेरी ठीक है, असीं मनदे आ, लेकिन तैनू एक गल स्पष्ट कर देना चाहुंदे आ कि यह धरती, इस पंजाब की पवित्र धरती, इहदे वल अंबानी अडानी तां की तू होर भी लियाई जुकरबर्ग वर्गे जिहड़े तां लियाउणे ने। जिन्ना चिर असीं तां बाबा गरजा सिंह, बाबा बोधा सिंह उहनां ने दो ने खड़ के दवल लेती, जिहड़े सारी दुनिया ते अबदाली होणी उह करदे सी। मैं थोनू गल दसदा, तू टकराउंदा किहदे नाल है, तू लड़दा किहदे नाल है। आ तालिबान ने अमरीका दी घंटी खड़काती अफगानिस्तान च, और असी उस अफगानिस्तान नू जित्तिया होया है। तू साडे कैसे गलत लागे ला के सिरां नू तेल इहनां दे प्यो दा देश है, कुरबानियां असी करियां, फांसियां ते असी चढ़े, ते राज तुसी करेंगे। इह नहीं हुण बहुता चिर चलदा, कौम जागरूक हो गई है। जे इस देश नू थोनू बचाउण वास्ते खड़ सकदे आ, असी अपने हक्कां लई वी लड़ सकदे आ। असी शांतमई लड़ रहे हैं, तुसी सानू डराउंदे हो, कदे तुसी कुछ, कदे कुछ, कदे सानू अतवादी, कदे सानू पक्षवादी। जे असी झंडा लहराउने आ तां तुसी सानू डराउने हो। इह डरन वाले दिन नहीं जम्मे, साडियां इहनां बीबियां ने अपने बच्चियां दे टुकड़े करा के अपने गलां च पाए होए ने, साडियां नीहां दे विच, साडियां नीहां दे विच, कौम दियां दे विच गुरु गोबिंद सिंह महाराज दे छोटे छोटे बच्चे चिणे होए ने। तू सानू डरा लेंगा, तेरियां जेलां डरा लेणगियां, तेरा तशद्दद डरा लूगा। तू ए पंजाब दी मिट्टी दे जायां नू जानदा नहीं, तू इतिहास भुल गया, साडा इतिहास पढ़ ली। ए तां वीरो होया की है, अपने ना अपां नू जद मारिया, अपणियां नहीं मारिया। इहनां अपने लीडरां ने करिया की, इहनां ने जाके उहनू दसता भी ये तां नशेड़ी हो गए, ये तां चिट्टे वाले हो गए, ये तां प्रवास कर गए, ये तां मुंडे रोड मदारी हो गए। आ जद हुण ट्रैक्टर चले ना दिल्ली दी छाती ते जाके, फिर इहनां नूं पुछदा, कहिंदा आ थोड़े फुफड़ कित्थों आ गए ओ, कहिंदा ये तां देखे ही नहीं थी एडे एडे डौलियां वाली। नरेंद्र मोदी हाले तां झलक दिखाई है, हाले तां झलक दिखाई है। बाबा जी कहिंदे हुंदे ने असीं टीसी दा वेरे तोड़दे आ जां तोड़दे आ, असीं डरन वाले दिन नहीं जम्मे। यह जिहड़ियां जमीनां जायदादां ने, यह ना मोहन भागवत दे बाप दियां ने, ना नरेंद्र मोदी दे दियां ने, बाबा बंदा सिंह बहादुर ने खंडा खड़का के लैके दित्तियां थी। और इस पंजाब दी धरती नूं तू जम्मू कश्मीर, यूपी जां बिहार वाली ना समझ ली, इहदे चप्पे चप्पे ते साडे बजुर्गां दा खून डुल्लिया होया, और वह खून जिहड़ा डुल्लिया वह कदे अजाई नहीं जाऊगा। ते ना असीं जिन्ना चिर जीउने आ साडियां रगां दे विच गुरु गोबिंद सिंह महाराज दे पुत्त कहौने आ उहनां दा खून दौड़दा, और उहनां चिर इस धरती वल तेरे अंबानी अडानी, तू, तेरा मोहन भागवत सारे रल के आ जाइए, थोनू जी आया जे थोड़े बाजे ना बजाते पंजाब दी धरती ते, ना पंजाब दे जाया ने, असी गुरु गोबिंद सिंह महाराज दे पुत्त नहीं कहावांगे। तुसी यार हर गल दा बदमाशी, कदे जम्मू कश्मीर च, कदे तमिलनाडु च, कदे बंगाल च, कदे बिहार च,
ਤੁਹਾਡਾ ਮੂੰਹ ਪੈ ਗਿਆ ਆਪਾਂ ਨੂੰ ਇਹਨਾਂ ਦੇ ਮੂਹਰੇ ਖੜਨਾ ਹੀ ਖੜਨਾ ਪੈਣਾ ਸੀ ਵੀਰੋ ਔਰ ਆਪਾਂ ਖੜ ਗਏ ਔਰ ਇਹ ਮੋਰਚਾ ਇਸ ਮੋਰਚੇ ਨੂੰ ਸਾਰੇ ਸਮਰਪਿਤ ਹੋ ਜਾਓ ਇਹ ਕਿਸੇ ਇਕੱਲੇ ਦਾ ਮੋਰਚਾ ਨਹੀਂ ਹੈਗਾ ਨਾ ਕਿਸੇ ਜਥੇਬੰਦੀ ਦਾ ਨਾ ਦੀਪ ਸਿੱਧੂ ਦਾ ਨਾ ਲੱਖੇ ਸਧਾਣੇ ਦਾ ਆਪਣੀ ਅਣਖ ਜਿੱਤ ਦਾ ਆਪਣੀ ਇਸ ਪੱਗ ਦਾ ਜੇ ਆਪਾਂ ਹੁਣ ਨਾ ਖੜੇ ਤਾਂ ਆਪਣਾ ਇਤਿਹਾਸ ਕਲੰਕਿਤ ਹੋ ਜਾਊਗਾ ਜੇ ਇਸ ਹੁਣ ਹੰਕਾਰੇ ਹੋਏ ਪ੍ਰਧਾਨ ਮੰਤਰੀ ਦੀ ਗਰਦਨ ਚੋਂ ਕੀਲਾ ਕੱਢਤਾ ਸਾਰਾ ਵਰਲਡ ਮੈਂ ਤੁਹਾਨੂੰ ਗਰੰਟੀ ਦਿੰਦਾ ਸਿੱਖਾਂ ਨੂੰ ਪੰਜਾਬੀਆਂ ਨੂੰ ਦੇਖਣ ਆਇਆ ਕਰੂਗਾ ਵੀ ਆਹ ਨੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਜਿਨ੍ਹਾਂ ਨੇ ਇਹਦੀ ਬਦਮਾਸ਼ੀ ਕੱਢੀ ਹੈ ਨਰਿੰਦਰ ਮੋਦੀ ਤੈ ਸਾਨੂੰ ਆਰਥਿਕ ਤੌਰ ਤੇ ਤੁਸੀਂ ਲੁੱਟ ਲਿਆ ਸਾਨੂੰ ਐਜੂਕੇਸ਼ਨ ਤੌਰ ਤੇ ਲੁੱਟ ਲਿਆ ਸਾਡਾ ਪਾਣੀ ਗੰਧਲਾ ਕਰਤਾ ਸਾਡਾ ਜਲਵਾਯੂ ਗੰਧਲਾ ਕਰਤਾ ਅਸੀਂ ਸਾਰਾ ਕੁਛ ਚਰ ਲਿਆ ਅਸੀਂ ਸਾਰਾ ਕੁਛ ਚਰ ਲਿਆ ਜੇ ਹੁਣ ਸਾਡੇ ਵਿਰਸੇ ਔਰ ਵਿਰਾਸਤ ਨੂੰ ਹੱਥ ਪਾਓਗੇ ਫਿਰ ਭੱਜਦਿਆਂ ਨੂੰ ਬਹਿਣ ਮੇਰਿਓ ਪੁੱਤ ਮੇਰਿਓ ਬਹਿਣ ਇੱਕੋ ਜਿਹੀ ਨੇ ਅਸੀਂ ਨਹੀਂ ਡਰਦੇ ਨਾ ਅਸੀਂ ਡਰਨ ਵਾਲੇ ਦਿਨ ਜੰਮੇ ਹੈ ਅਸੀਂ ਆਪਣੇ ਹੱਕਾਂ ਲਈ ਵੀ ਨਹੀਂ ਯਾਰ ਲੜ ਸਕਦੇ ਸਾਡੀਆਂ ਜ਼ਮੀਨਾਂ ਨੂੰ ਪੈ ਗਿਆ ਸਾਡੀ ਸਮਾਜਿਕ ਗੁਲਾਮੀ ਜਿਹੜੀ ਸਾਨੂੰ ਉਹਦਾ ਉਹ ਕਰਤਾ ਮਜਬੂਰ ਕਰਾ ਰਹੇ ਨੇ ਵੀ ਕਿ ਤੁਸੀਂ ਗੁਲਾਮ ਹੋ ਇਸ ਤਰ੍ਹਾਂ ਨਹੀਂ ਚੱਲਦੇ ਹੁੰਦੇ ਦੇਸ਼ ਇਹ ਜਿਹੜਾ ਇੰਡੀਆ ਇਹ ਭਾਰਤ ਹੈ ਇਹ ਸਾਰੀਆਂ ਕੌਮਾਂ ਦਾ ਇੱਕ ਜਨ ਸਮੂਹ ਹੈ ਜਿਹਦੇ ਵਿੱਚ ਸਾਰੀਆਂ ਕੌਮਾਂ ਰਹਿੰਦੀਆਂ ਨੇ ਇਹਦਾ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਨੇ ਇਹ ਹਿੰਦੂ ਰਾਸ਼ਟਰ ਨਹੀਂ ਬਣਦਾ ਜਿੰਨਾ ਚਿਰ ਸਿੱਖ ਕੌਮ ਇਸ ਦੇਸ਼ ਦੇ ਵਿੱਚ ਬੈਠੀ ਹੈ ਉਹਨਾਂ ਚਿਰ ਤੁਹਾਨੂੰ ਹਿੰਦੂ ਰਾਸ਼ਟਰ ਦਾ ਪੁੱਤ ਮੇਰੇ ਹੋ ਇਹ ਦੇਸ਼ ਨੂੰ ਅਸੀਂ ਬਣਾਉਣ ਨਹੀਂ ਦਿੰਦੇ ਚਾਹੇ ਅਸੀਂ ਸਾਰੇ ਸ਼ਹਾਦਤਾਂ ਦੇ ਜਾਈਏ ਇਸ ਕਰਕੇ ਆਪਾਂ ਨੂੰ ਖੜਨਾ ਪੈਣਾ ਇਹ ਕਿਸਾਨੀ ਮੋਰਚਾ ਆਪਣਾ ਇਕੱਲੇ ਇਕੱਲੇ ਦਾ ਆਪਣੀ ਹੋਂਦ ਦੀ ਲੜਾਈ ਹੈ ਆਪਣੀ ਅਣਖਿੱਜਤ ਦੀ ਲੜਾਈ ਹੈ ਆਪਣੀ ਇਸ ਪੱਗ ਦੀ ਲੜਾਈ ਹੈ ਜੇ ਆਪਾਂ ਹੁਣ ਇਹ ਹਾਰ ਗਏ ਤਾਂ ਫਿਰ ਇਹ ਸਮਝੋ ਆਪਣਾ ਇਤਿਹਾਸ ਕਲੰਕਿਤ ਹੋ ਜੂ ਜਿਹੜੇ ਇਤਿਹਾਸ ਹੁੰਦੇ ਨੇ ਉਹ ਦੁਹਰਾਏ ਜਾਂਦੇ ਨੇ ਕਦੇ ਸ਼ਾਂਤੀਪੂਰਵਕ ਤਰੀਕੇ ਨਾਲ ਤੇ ਕਦੇ ਦੂਸਰੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਹਰ ਵਾਰ ਹਰਾਇਆ ਇੱਕ ਵਾਰ ਨਹੀਂ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਉਸ ਜਿਹੜਾ ਆਪਣਾ ਮੋਰਚਾ ਦਿੱਲੀ ਲੱਗਿਆ ਹੋਇਆ ਸਾਰੇ ਆਪਾਂ ਉਹਨੂੰ ਸਮਰਪਿਤ ਹੋਈਏ ਔਰ ਸਾਰੇ ਜਿੰਨਾ ਯੋਗਦਾਨ ਪਾ ਸਕਦੇ ਹਾਂ ਪਾਈਏ ਆਪਣੀ ਅਣਖ ਜਿੱਤ ਦੀ ਲੜਾਈ ਹੈ ਆਪਾਂ ਪੰਜਾਬੀਆਂ ਨੇ ਲੜਨੀ ਹੈ ਸਾਰੇ ਪੰਜਾਬ ਦੀ ਹੈ ਇੱਕ ਮੈਂ ਤੁਹਾਨੂੰ ਇੱਥੋਂ ਸਪਸ਼ਟ ਕਰਦਾ ਮਤ ਸਮਝਿਓ ਕੋਈ ਕਿ ਇਕੱਲੇ ਕਿਸਾਨਾਂ ਦੀ ਹੈ ਇਹਨਾਂ ਨੇ ਛੱਡਣਾ ਕੋਈ ਨਹੀਂ ਕਈ ਕਾਨੂੰਨ ਹੋਰ ਲਿਆਉਣਗੇ ਇਹ ਤਾਂ ਰੁਕ ਗਏ ਇਸ ਲਈ ਕਿ ਆਪਾਂ ਖੜ ਗਏ ਜਾ ਕੇ ਦਿੱਲੀ ਇਹਦੀ ਹਿੱਕ ਤੇ ਚੜ ਗਏ ਤਾਂ ਇਹ ਰੁਕ ਗਏ ਨਹੀਂ ਹੋਰ ਕਈ ਕਾਨੂੰਨ ਲੈ ਕੇ ਆਉਣਗੇ ਸੋ ਬੇਨਤੀ ਹੈ ਕਿ ਆਪਾਂ ਸਾਰੇ ਸਮਰਪਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਨਾਲ ਨੇ ਉਹਨਾਂ ਦਸਾਂ ਗੁਰੂਆਂ ਦੀ ਛਤਰ ਛਾਇਆ ਸਾਡੇ ਭਗਤ ਸਾਡੇ ਮਹਾਂਪੁਰਖ ਸਾਡੇ ਨਾਲ ਨੇ ਸੋ ਕੌਮ ਨੂੰ ਡਰਨ ਦੀ ਲੋੜ ਨਹੀਂ ਕਿਸਾਨੀ ਨੂੰ ਡਰਨ ਦੀ ਲੋੜ ਨਹੀਂ ਨਰਿੰਦਰ ਮੋਦੀ ਦੀਆਂ ਔਰ ਮੋਹਨ ਭਾਗਵਤ ਦੀਆਂ ਚੀਕਾਂ ਤਾਂ ਮਰਾਉਣੀਆਂ ਹੀ ਮਰਾਉਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜ ਗਜ ਕਰ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਬਾਬਾ ਬਲਵਿੰਦਰ ਸਿੰਘ ਜੀ ਤਲਵਾੜਾ ਜੀ ਪੂਰਾ ਜੋਸ਼ ਭਰਿਆ ਬੀਬੀਆਂ ਨੇ ਜਕਾਰਾ ਗਜਾਇਆ ਤੁਹਾਡੇ ਵੱਲੋਂ ਨਹੀਂ ਕੋਈ ਗੱਜ ਕੇ ਜਕਾਰਾ ਕਿਸੇ ਨੇ